इस वक्त मैं पहुंचा हूं किसानों के महापंचायत कार्यक्रम में, जो राजधानी दिल्ली के रामलीला मैदान में आयोजित किया गया है। यहां देखा जा सकता है हजारों के तादाद में यहां पर किसान पहुंचे हैं। हालांकि यहां पर एक अनुमान लगाया जा रहा है कि लाखों के तादाद में भी किसान यहां पर पहुंच सकते हैं और किसानों से जुड़े हुए तमाम मसलों पर इस महापंचायत में चर्चा होगी, बातचीत होगी। चाहे बात करें पंजाब की, बात करें हरियाणा की, बात करें उत्तर प्रदेश की, बात करें अलग अलग राज्यों से किसान यहां पे पहुंच रहे हैं, लेकिन क्या क्या मांगे हैं उन तमाम मांगों को समझते हैं। हमारे साथ में किसान नेता और प्रवक्ता हैं सिमरनजीत, वो भी हमारे साथ में हैं। आप लोग पहले भी तमाम मसलों को लेकर चर्चा करते रहे हैं, लेकिन मैं आपसे पंजाबी भाषा में जानना चाहता हूं कि क्या क्या मांगे हैं जिनको लेकर आज महापंचायत हो रही है। देखो जदों 2021 दे विच केंद्र सरकार ने नवंबर दे विच जिहड़े खेती कानून सी वापस लए सी, उस समय सहमति बनी सी कि MSP ते खरीद गरंटी कानून है जिहड़ा ओह बनावांगे। लखीमपुर खीरी दे जिहड़े किसान शहीद होए उन्हां नूं मुआवजा, जां 750 तों ज़्यादा किसान शहीद होए उन्हां दे परिवारां नूं मुआवजा ते नौकरी, ते नाल ही उन्हां ने जिहड़ा अजय मिश्रा टैणी दा जिहड़ा अस्तीफा सी संयुक्त किसान मोर्चे ने ओह मंगिया सी, ते होर अंदोलन दे समय जिहड़ियां मंगां उठियां सी उन्हां मंगां ते केंद्र सरकार ने सहमति दित्ती सी, पर उस तों बाद केंद्र सरकार पूरी तरहां उन्हां मंगां तों है जिहड़ी भज चुकी है। ਉਸੇ ਦੀ ਚੇਤਾਵਨੀ ਵਜੋਂ ਅੱਜ ਦਾ ਜਿਹੜਾ ਇੱਕ ਦਿਨ ਦਾ ਇਹ ਅੱਜ ਕਿਸਾਨ ਮਹਾਂਪੰਚਾਇਤ ਕੀਤੀ ਜਾ ਰਹੀ ਹੈ, ਅਤੇ ਅੱਜ ਦੀ ਇਸ ਕਿਸਾਨ ਮਹਾਂਪੰਚਾਇਤ ਦੇ ਵਿੱਚ ਜਿਹੜਾ ਸੰਯੁਕਤ ਕਿਸਾਨ ਮੋਰਚਾ ਹੈ ਉਹਦੇ ਵੱਲੋਂ ਪ੍ਰੋਗਰਾਮ ਵੀ ਦਿੱਤਾ ਜਾ ਸਕਦਾ। ਕੇਂਦਰ ਸਰਕਾਰ ਜਾਂ ਭਾਜਪਾ ਨੂੰ ਇਹ ਲੱਗਦਾ ਕਿ ਅਸੀਂ ਜਿਹੜਾ ਵੋਟਾਂ ਦਾ ਪੋਲਰਾਈਜੇਸ਼ਨ ਕਰਕੇ, ਧਰੁਵੀਕਰਨ ਕਰਕੇ ਦੁਬਾਰਾ ਫਿਰ ਸੱਤਾ 'ਚ ਆ ਜਾਵਾਂਗੇ, ਪਰ ਦੇਸ਼ ਦਾ ਜਿਹੜਾ ਕਿਸਾਨ ਹੈ, ਮਜ਼ਦੂਰ ਹੈ, ਛੋਟਾ ਦੁਕਾਨਦਾਰ ਹੈ, ਛੋਟਾ ਵਪਾਰੀ ਹੈ, ਉਹ ਜਾਗ ਚੁੱਕਿਆ ਹੈਗਾ। ਮੋਦੀ ਚੱਲਿਆ ਸੀ ਕਾਂਗਰਸ ਮੁਕਤ ਭਾਰਤ ਤੋਂ, ਉਸ ਤੋਂ ਬਾਅਦ ਇਹਨੇ ਕਿਹਾ ਕਿ ਸਵਾਲ ਮੁਕਤ ਮੀਡੀਆ, ਉਸ ਤੋਂ ਬਾਅਦ ਅੰਦੋਲਨ ਮੁਕਤ ਸੜਕ, ਉਸ ਤੋਂ ਬਾਅਦ ਜਿਹੜਾ ਵਿਰੋਧੀ ਧਿਰ ਮੁਕਤ ਸੰਸਦ ਤੱਕ ਆ ਗਿਆ। ਅਗਲੀ ਵਾਰ ਜੇ ਬਦਕਿਸਮਤੀ ਹੋਈ ਇਸ ਮੁਲਕ ਦੀ, ਅਗਰ ਨਰਿੰਦਰ ਮੋਦੀ ਸਰਕਾਰ ਦੁਬਾਰਾ ਸੱਤਾ 'ਚ ਆ ਜਾਂਦੀ ਹੈ ਤਾਂ ਇਹ ਸਾਡੀ ਜਵਾਨ ਦੀ ਜਿਹੜੀ ਤਾਲਾਬੰਦੀ ਆ ਉਹ ਕਰੂਗੀ। ਸਾਡੀਆਂ ਕਿਸਾਨਾਂ ਦੀਆਂ ਜਿਹੜੀਆਂ ਮੰਗਾਂ, ਕੇਂਦਰ ਸਰਕਾਰ ਨੇ ਖਾਸ ਕਰ ਭਾਜਪਾ ਨੇ ਕਿਹਾ ਸੀ ਕਿ 2022 ਤੱਕ ਜਿਹੜੀ ਕਿਸਾਨਾਂ ਦੀ ਆਮਦਨ ਹੈ ਉਹ ਦੁੱਗਣੀ ਕਰ ਦਿਆਂਗੇ, ਪਰ ਅੱਜ ਤੁਸੀਂ ਜਿਹੜੀ ਰੇਸ਼ੋ ਹੈ ਉਹ ਕੱਢ ਕੇ ਦੇਖੋ ਕਿ ਕਿਸਾਨਾਂ ਦੀਆਂ ਖੁਦਕੁਸ਼ੀਆਂ ਦੁੱਗਣੀਆਂ ਹੋਈਆਂ ਅਤੇ ਆਮਦਨ ਹੈ ਜਿਹੜੀ ਪਹਿਲਾਂ ਨਾਲੋਂ ਘਟੀ ਹੈਗੀ। ਕਈ ਅਲੱਗ ਅਲੱਗ ਰਾਜਿਓ ਸੇ ਆ ਰਹੇ ਹੈ ਔਰ ਕਈ ਕਿਸਾਨ ਅਭੀ ਯਹਾਂ ਤੱਕ ਪਹੁੰਚ ਨਹੀਂ ਪਾਏ ਹੈ ਔਰ ਯਹਾਂ ਪੇ ਜਿਸ ਤਰ੍ਹਾਂ ਸੇ ਇੱਕ ਆਪ ਲੋਕ ਕਿਆ ਅਨੁਮਾਨ ਲਗਾ ਰਹੇ, ਕਿਤਨੇ ਕੇ ਤਾਦਾਦ ਪੇ ਯਹਾਂ ਪਹੁੰਚ ਸਕਦੇ? ਦੇਖੋ ਲੱਖਾਂ ਦੀ ਤਾਦਾਦ ਦੇ ਵਿੱਚ ਕਿਸਾਨ ਹੈ ਜਿਹੜੇ ਰਾਮਲੀਲਾ ਗਰਾਊਂਡ ਦੇ ਵਿੱਚ ਪਹੁੰਚ ਰਹੇ ਹੈ। ਕੱਲ ਇਹ ਗਰਾਊਂਡ ਹੈ ਜਿਹੜਾ ਬਿਲਕੁਲ ਸੁੱਕਾ ਸੀ। ਕੇਂਦਰ ਸਰਕਾਰ ਦੀ ਨੀਤੀ ਤੇ ਨੀਅਤ ਦੇਖੋ ਕਿ ਰਾਤ ਨੂੰ ਇਹਦੇ ਵਿੱਚ ਸੀਵਰੇਜ ਦਾ ਗੰਦਾ ਪਾਣੀ ਹੈ ਜਿਹੜਾ ਉਹ ਛੱਡ ਦਿੱਤਾ ਗਿਆ, ਬਾਵਜੂਦ ਇਸ ਦੇ ਕਿਸਾਨ ਹੈ ਜਿਹੜੇ ਡਟੇ ਬੈਠੇ ਹੈ। ਲੱਖਾਂ ਤੇ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਹੋਰ ਕਿਸਾਨ ਆ ਰਹੇ ਹੈ। ਉੱਤਰ ਪ੍ਰਦੇਸ਼ ਦੇ ਵਿੱਚ ਕਿਸਾਨਾਂ ਨੂੰ, ਚਾਹੇ ਉਹ ਕਾਨਪੁਰ ਹੋਵੇ, ਚਾਹੇ ਬਰੇਲੀ ਹੋਵੇ, ਚਾਹੇ ਸ਼ਾਹਜਹਾਂਪੁਰ ਹੋਵੇ, ਉੱਥੇ ਕਿਸਾਨਾਂ ਨੂੰ ਰੋਕਿਆ ਗਿਆ। ਡਰਾਈਵਰਾਂ ਜਿਹੜੇ ਬੱਸਾਂ ਲੈ ਕੇ ਆ ਰਹੇ ਸੀ, ਕਿਸਾਨਾਂ ਦੀਆਂ ਭਰੀਆਂ ਬੱਸਾਂ ਦੇ ਡਰਾਈਵਰਾਂ ਦੇ ਉੱਤੇ ਲਾਠੀਚਾਰਜ ਵੀ ਕੀਤਾ ਗਿਆ। ਹੋਰ ਬਹੁਤ ਸਾਰੀਆਂ ਘਟਨਾਵਾਂ ਜਿਹੜੀਆਂ ਇੱਥੇ ਵੀ ਦਿੱਲੀ ਦੇ ਵਿੱਚ ਵੀ ਜਿਹੜੇ ਰੂਟ ਹੈ ਉਹ ਡਾਈਵਰਟ ਕਰਕੇ ਕਿਸਾਨਾਂ ਨੂੰ ਇੱਥੇ ਪਹੁੰਚਣ ਤੋਂ ਰੋਕਣ ਦੀ ਕੋਸ਼ਿਸ਼ ਹੈ ਜਿਹੜੀ ਉਹ ਕੀਤੀ ਜਾ ਰਹੀ ਹੈਗੀ। ਨਿਸ਼ਚਿਤ ਤੌਰ 'ਤੇ ਯਹਾਂ ਪਰ ਦੇਖਾ ਜਾ ਸਕਤਾ ਹੈ ਕਿ ਯਹਾਂ ਪਰ ਕਾਫੀ ਤਾਦਾਦ ਮੇਂ ਯਹਾਂ ਪਰ ਕਿਸਾਨ ਮਹਾਂ ਪੰਚਾਇਤ ਮੇਂ ਯਹਾਂ ਪਰ ਕਿਸਾਨ ਪਹੁੰਚ ਰਹੇ ਹੈ ਔਰ ਜਿਸ ਤਰ੍ਹਾਂ ਸੇ ਇਸ ਪੂਰੇ ਮਸਲੇ ਕੋ ਦੇਖਾ ਜਾਏ, ਇਸ ਮਸਲੇ ਕੋ ਲੇਕਰ ਤਮਾਮ ਪੰਚਾਇਤ ਪੇ ਆਜ ਚਰਚਾਏ ਹੋ ਰਹੀ ਹੈ ਔਰ ਦੇਰ ਸ਼ਾਮ ਤੱਕ ਇਸ ਮਾਮਲੇ ਕੋ ਲੇਕਰ ਜੋ ਇੱਕ ਫੈਸਲਾ ਜੋ ਹੈ ਉਹ ਵੀ ਸੁਣਾਇਆ ਜਾ ਸਕਤਾ ਹੈ ਕਿ ਕਿਨ ਕਿਨ ਮਸਲੋਂ ਪਰ ਚਰਚਾਏ ਹੋਈ, ਕਿਨ ਕਿਨ ਮਸਲੋਂ ਕੋ ਲੇਕਰ ਇਸ ਮਹਾਂਪੰਚਾਇਤ ਮੇਂ ਆਜ ਬਾਤਚੀਤ ਹੋ ਰਹੀ ਹੈ। ਤਾਂ ਇੱਕ ਤਰ੍ਹਾਂ ਸੇ ਕਹਿ ਸਕਤੇ ਹੈ ਕਿ ਇਹ ਤਮਾਮ ਜੋ ਕਿਸਾਨ ਹੈ ਔਰ ਉਨਕੀ ਮਹਾਂਪੰਚਾਇਤ ਹੈ, ਇਸ ਕਿਸਾਨ ਮਹਾਂਪੰਚਾਇਤ ਮੇਂ ਆਜ ਦੇਰ ਸ਼ਾਮ ਤੱਕ ਕਈ ਬੜੇ ਐਲਾਨ ਵੀ ਹੋ ਸਕਤੇ ਹੈ। ਬਿਡੋ ਜਰਨਲਿਸਟ ਹਰੀਸ਼ ਕੇ ਸਾਥ ਸ਼ੰਕਰ ਆਨੰਦ, ਨਿਊਜ਼ 18, ਦਿੱਲੀ।